ਨਵਦੀਪ ਜੀ ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਹਸਬੰਡ ਨੇ ਜੀ ਜਿੱਦਾਂ ਤੁਸੀਂ ਦੱਸਿਆ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਜਿਹੜਾ ਹੈਗਾ ਔਰਤਾਂ ਦੀ ਰੱਖਿਆ ਨਾ ਕਰੇ ਨਾ ਕਰੇ ਕਿਉਂ ਨਾ ਕਰਨ ਮੈਡਮ? ਕਿਉਂਕਿ ਮੇਰੇ ਹਸਬੰਡ ਨੇ ਕੀਤੀ ਸੀ ਉਹਦਾ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ। ਢਿੱਲੋਂ ਬ੍ਰਦਰ ਦੇ ਕੇਸ ਦੇ ਵਿੱਚ ਤੁਹਾਡਾ ਕੀ ਕਹਿਣਾ? ਉਹਨਾਂ ਦਾ ਇਹ ਸੀ ਕਿ ਜਿਹੜੇ ਮਾਨਵਜੀਤ ਸਿੰਘ ਢਿੱਲੋਂ ਸੀ ਉਹ ਕਿਸੇ ਹੋਰ ਲੜਕੀ ਦੇ ਕੇਸ ਦੇ ਵਿੱਚ ਉੱਥੇ ਮੇਰੇ ਹਸਬੰਡ ਕੋਲ ਆਏ ਸੀ। ਉੱਥੇ ਜਿਹੜੀ ਉਹ ਲੜਕੀ ਦਾ ਕੇਸ ਸੀ, ਔਰਤ ਦਾ ਕੇਸ ਸੀ, ਉਹ ਮਹਿਲਾ ਕਰਮਚਾਰੀ ਨੇ ਹੀ ਡੀਲ ਕਰਨਾ ਸੀ। ਉਹ ਜਦੋਂ ਮਹਿਲਾ ਕਰਮਚਾਰੀ ਨੂੰ ਡੀਲ ਕਰ ਰਹੇ ਸੀ ਤੇ ਮਾਨਵਜੀਤ ਢਿੱਲੋਂ ਉਹਨੂੰ ਕਾਫੀ ਅਪਸ਼ਬਦ ਬੋਲ ਰਿਹਾ ਸੀ। ਈਵਨ ਇੱਥੋਂ ਤੱਕ ਵੀ ਉਹਨੇ ਕਹਿਤਾ ਕਿ ਤੂੰ ਬਾਹਰ ਆ, ਤੇਰੇ ਕੱਪੜੇ ਤਾਂ ਮੈਂ ਲਾਉਣਾ। ਜਦੋਂ ਮੇਰੇ ਹਸਬੈਂਡ ਨੇ ਇਹ ਗੱਲ ਸੁਣੀ, ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਉਹਨੂੰ ਆਪਣੇ ਕਮਰੇ 'ਚ ਬੁਲਾ ਲਿਆ ਅਤੇ ਉਹਨੂੰ ਆਪਣੀ ਗੰਦੀ ਜਿਹੜੀ ਭਾਸ਼ਾ ਉਹਨੇ ਵਰਤੀ ਸੀਗੀ ਉਹਨੂੰ ਕਿਹਾ ਕਿ ਤੂੰ ਇਹਨੂੰ ਬੰਦ ਕਰਕੇ ਆਰਾਮ ਨਾਲ ਬੈਠ ਕੇ ਗੱਲ ਕਰ ਲਾ। ਉਸ ਤੋਂ ਬਾਅਦ ਉਹਨੇ ਕਿਹਾ ਕਿ ਤੂੰ ਮੈਨੂੰ ਜਾਣਦਾ ਨਹੀਂ ਹੈ, ਕੌਣ ਹੈ, ਤੈਨੂੰ ਹਾਲੇ ਨਹੀਂ ਪਤਾ ਵੀ ਮੈਂ ਕਿਹੜੇ ਲੀਡਰਾਂ ਦਾ ਰਿਸ਼ਤੇਦਾਰ ਹਾਂ, ਤੈਨੂੰ ਪਤਾ ਲੱਗੂਗਾ, ਤੂੰ ਬਾਹਰ ਨਿਕਲ, ਤੇਰੀ ਵਰਦੀ ਵੀ ਮੱਲੋ ਹੋਣਾ। ਇਹ ਚੀਜ਼ਾਂ ਮੇਰੇ ਹਸਬੈਂਡ ਤੋਂ ਬਰਦਾਸ਼ਤ ਨਹੀਂ ਹੋਈਆਂ। ਫਿਰ ਉਹਨਾਂ ਨੇ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਸੀਗੇ, ਪੁਲਿਸ ਅਧਿਕਾਰੀ, ਉਹਨਾਂ ਨਾਲ ਇਹ ਮੈਟਰ ਕੀਤਾ ਕਿ ਸਰ ਇਹ ਕੀ ਕੀਤਾ ਜਾਵੇ। ਉਹ ਕਹਿੰਦੇ ਕਿ ਤੁਸੀਂ 751 ਦੀ ਕਾਰਵਾਈ ਕਰ ਦਿਓ। ਮੇਰੇ ਹਸਬੈਂਡ ਨੇ ਉਹਨਾਂ ਦੀ ਪਰਮਿਸ਼ਨ ਲੈ ਕੇ ਜਿਹੜੀ ਉਹ ਬਣਦੀ ਕਾਨੂੰਨੀ ਕਾਰਵਾਈ ਸੀ, ਕਾਨੂੰਨ ਦੇ ਅੰਦਰ ਰਹਿ ਕੇ ਉਹ ਕਰਤੀ। ਉਸ ਤੋਂ ਬਾਅਦ ਇਹ ਹਵਾਲਾਤ ਦੇ ਵਿੱਚ ਰਹੇ, ਇਹਨਾਂ ਦਾ ਮੈਡੀਕਲ ਹੋਇਆ, ਉਹਦੇ 'ਚ ਕੋਈ ਵੀ ਜਿਹੜਾ ਹੈਗਾ ਆ ਕੋਈ ਵੀ ਅਨਫਿਟ ਨਹੀਂ ਪਾਏ ਗਏ, ਉਹ ਫਿੱਟ ਪਾਇਆ ਗਿਆ। ਉੱਥੇ ਉਹਨਾਂ ਨੇ ਡਾਕਟਰ ਕੋਲ ਕੋਈ ਕੰਪਲੇਂਟ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋਈ ਆ, ਠੀਕ ਹੈ, ਜ਼ਮਾਨਤ ਹੋਈ। ਇਹਨਾਂ ਕੋਲ ਜੱਜ ਸੀ, ਵਕੀਲ ਸੀ, ਮਾਨਵ ਵੀਰੇ ਨੇ ਉਹਨਾਂ ਕੋਲ ਵੀ ਕਿਸੇ ਨੂੰ ਨਹੀਂ ਕਿਹਾ ਕਿ ਜਿਹੜੇ ਨਵਦੀਪ ਸਿੰਘ SHO ਲੱਗੇ ਹੋਏ ਨੇ ਉਹਨਾਂ ਨੇ ਮੈਨੂੰ ਟੋਰਚਰ ਕੀਤਾ, ਮੇਰੀ ਤੁਸੀਂ ਕੰਪਲੇਂਟ ਲਿਖੋ, ਜਾਂ ਜੋ ਵੀ ਉਹ ਕਹਿ ਸਕਦਾ ਸੀ ਉਹਨੇ ਨਹੀਂ ਕੀਤਾ। ਫਿਰ ਉਸ ਤੋਂ ਬਾਅਦ ਉਹਦੀ ਬੇਲ ਹੋ ਗਈ। ਜਿਹੜਾ ਮਾਨਵਜੀਤ ਉੱਪਲ ਆ ਜਿਹਨੇ ਸਾਰੇ ਪੰਜਾਬ ਨੂੰ ਗੁੰਮਰਾਹ ਕਰਕੇ ਆਪਣੇ ਲੀਡਰਾਂ ਨੂੰ ਮਗਰ ਲਾ ਕੇ ਸਿਆਸਤ ਦਾ ਇਹਨੂੰ ਮੁੱਦਾ ਬਣਾ ਤਾ, ਉਹਨਾਂ ਨਾਲ ਹਮਦਰਦੀ ਕੋਈ ਨਹੀਂ ਹੈ ਜਿਹੜੇ ਲੀਡਰ ਉੱਥੇ ਜਾ ਰਹੇ ਆ, ਇਹਨੂੰ ਸਿਆਸਤ ਦਾ ਮੁੱਦਾ ਬਣਾ ਕੇ ਉਹਨੇ ਕੀ ਕੀਤਾ ਕਿ ਉਹਨਾਂ ਨੂੰ ਦਰਿਆ ਦੇ ਉੱਤੇ ਗੋਇੰਦਵਾਲ ਸਾਹਿਬ ਲੈ ਗਿਆ। ਜਦੋਂ ਉਹਨੂੰ ਲੱਗ ਰਿਹਾ ਸੀ ਵੀ ਇਹ, ਹਰ ਬੰਦਾ ਪਰੇਸ਼ਾਨ ਹੁੰਦਾ ਹਵਾਲਾਤ ਜਾਣ ਤੋਂ ਬਾਅਦ, ਹਰ ਬੰਦੇ ਦੇ ਦਿਮਾਗ ਦੇ ਉੱਤੇ ਕਿਤੇ ਨਾ ਕਿਤੇ ਪਰੇਸ਼ਾਨੀ ਹੁੰਦੀ ਹੈ, ਭਾਰ ਹੁੰਦਾ, ਇਹ ਗੋਇੰਦਵਾਲ ਸਾਹਿਬ ਉਹਨਾਂ ਨੂੰ ਗੁਰੂ ਘਰ ਲੈ ਜਾਂਦਾ, ਦਰਿਆ 'ਤੇ ਹੀ ਕਿਉਂ ਲੈ ਕੇ ਗਿਆ? ਇੱਕ ਨੂੰ ਲੈ ਕੇ ਗਿਆ ਨਾ, ਇੱਕ ਇਹਨਾਂ ਦੇ ਕਹਿਣ ਦੇ ਮੁਤਾਬਕ ਪਹਿਲਾਂ ਹੀ ਉੱਥੇ ਸੀ, ਜਿਹਦਾ ਮੇਰੇ ਹਸਬੈਂਡ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਨਾ ਉਹ ਪੁਲਿਸ ਸਟੇਸ਼ਨ ਆਇਆ, ਨਾ ਉਹ ਕਿਤੇ ਬਾਹਰ ਮਿਲਿਆ, ਨਾ ਉਹ ਇਸ ਕੇਸ ਨਾਲ ਸੰਬੰਧਿਤ ਹੈ। ਜਿਹੜੇ ਜਸ਼ਨਵੀਰ ਦੀ ਲਾਸ਼ ਮਿਲੀ ਹੈ, ਜਿਹਦੀ ਅੱਜ ਤੱਕ ਲਾਸ਼ ਜਿਹੜੀ ਹੈਗੀ ਆ ਵਿਚਾਰੇ ਦੀ, ਉਹ ਮਤਲਬ ਉਹਦਾ ਅੰਤਿਮ ਸੰਸਕਾਰ ਨਹੀਂ ਹੋ ਰਿਹਾ, ਠੀਕ ਹੈ ਨਾ। ਅਤੇ ਦਰਿਆ ਦੇ ਉੱਤੇ ਜਿਹੜਾ ਬੰਦਾ ਲੈ ਕੇ ਗਿਆ ਸੀਗਾ, ਉਹਦੀ ਇਨਵੈਸਟੀਗੇਸ਼ਨ ਆ ਜਿਹੜੀ, ਜਾਂ ਉਹਦੇ ਤੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ ਗਈ? ਪਹਿਲਾਂ ਦਰਿਆ ਦੇ ਜਾਣ ਤੱਕ ਤਾਂ ਮੇਰਾ ਹਸਬੈਂਡ ਬਿਲਕੁਲ ਠੀਕ ਸੀ, ਕੁਛ ਨਹੀਂ ਉਹਨੇ ਗਲਤੀ ਕੀਤੀ, ਕੁਛ ਨਹੀਂ ਕਿਸੇ ਨੂੰ ਮਾਰਿਆ ਕੁੱਟਿਆ। ਜਦੋਂ ਇਹਨਾਂ ਬ੍ਰਦਰਸ ਨੇ ਮਾਨਵਜੀਤ ਦੇ ਕਹਿਣ ਦੇ ਅਕੋਰਡਿੰਗ ਵੀ ਉਹਨਾਂ ਨੇ ਛਾਲ ਮਾਰਤੀ, ਠੀਕ ਹੈ, ਮੈਂ ਮੇਰੀ ਪਿੱਠ ਸੀ, ਇਹਦੀਆਂ ਵੀਡੀਓਜ਼ ਤੁਸੀਂ ਦੇਖਿਓ, ਠੀਕ ਹੈ, ਛਾਲ ਮਾਰਤੀ। ਜਦੋਂ ਕੋਈ ਬੰਦਾ ਪਾਣੀ ਦੇ ਵਿੱਚ ਛਾਲ ਮਾਰਦਾ, ਜਾਂ ਤਾਂ ਆਪਾਂ ਰੌਲਾ ਪਾਉਂਦੇ ਹਾਂ, ਜਾਂ ਕੋਈ ਬੰਦਾ ਨੇੜੇ ਜੋ ਵੀ ਹੁੰਦਾ ਆਪਾਂ ਉਹਨੂੰ ਅਪਰੋਚ ਕਰਦੇ ਹਾਂ ਕਿ ਜੀ ਤੁਸੀਂ ਉਹਨੂੰ ਬਚਾਓ। ਇਸ ਬੰਦੇ ਨੇ ਇਹ ਕਰਨ ਦੀ ਬਜਾਏ ਇਹਦੀਆਂ ਵੀਡੀਓਜ਼ ਦੇ ਵਿੱਚੋਂ ਮੈਂ ਚੀਜ਼ਾਂ ਕੱਢੀਆਂ ਨੇ, ਠੀਕ ਹੈ। ਇਹ ਕਹਿੰਦਾ ਜੀ ਮੈਂ ਆਪਣੇ ਵਕੀਲ ਨੂੰ ਫੋਨ ਕੀਤਾ, ਤਾਂ ਵਕੀਲ ਕਹਿੰਦਾ ਕਿ ਪਹਿਲਾ ਫੋਨ ਮਾਨਵ ਵੀਰੇ ਦਾ ਮੈਨੂੰ ਗਿਆ ਕਿ ਜਸ਼ਨ ਦੇ ਮਾਨਵ ਨੇ ਢਿੱਲੋਂ ਨੇ ਪਾਣੀ ਦੇ ਵਿੱਚ ਛਾਲਾਂ ਮਾਰਤੀਆਂ। ਮੈਂ ਪੁੱਛਣਾ ਚਾਹੂੰਗੀ ਇਹਨੇ ਪਹਿਲਾਂ ਹੀ ਜਿਹੜੀਆਂ ਛਾਲਾਂ ਮਾਰਨ ਦੀ ਜਿਹੜੀ ਵਕੀਲ ਨੂੰ ਫੋਨ ਕਿਉਂ ਕੀਤਾ? ਇਹਨੇ ਉੱਥੇ ਪੁਲਿਸ ਮੁਲਾਜ਼ਮ ਹੋਣਗੇ, ਲੋਕ ਹੋਣਗੇ, ਉਹਨਾਂ ਨੂੰ ਕਿਉਂ ਨਹੀਂ ਦੱਸਿਆ ਵੀ ਇਹਦਾ ਤੁਸੀਂ ਇਹਨਾਂ ਨੂੰ ਬਚਾਓ? ਠੀਕ ਹੈ, ਮੈਂ ਇਸ ਜਿਹੜੀ ਇਹ ਚੀਜ਼ ਹੈਗੀ ਆ, ਮੈਂ ਇਹਦੀ ਇਨਵੈਸਟੀਗੇਸ਼ਨ, ਇਹਦੀ ਜਿਹੜੀ ਪੁੱਛਗਿੱਛ ਆ, ਮੈਂ ਜ਼ਰੂਰ ਪ੍ਰਸ਼ਾਸਨ ਤੋਂ ਮੰਗ ਕਰੂੰਗੀ ਕਿ ਇਸ ਬੰਦੇ ਦੀ ਪੁੱਛਗਿੱਛ ਕੀਤੀ ਜਾਵੇ ਕਿ ਉਦੋਂ ਤੱਕ ਮੇਰਾ ਹਸਬੈਂਡ ਜਿਹੜਾ ਸੀਗਾ ਉਹ ਨਿਰਦੋਸ਼ ਸੀਗਾ। ਜਦੋਂ ਉਹਨਾਂ ਨੇ ਛਾਲਾਂ ਮਾਰਤੀਆਂ, ਵਕੀਲ ਨਾਲ ਗੱਲ ਹੋ ਗਈ, ਫਿਰ ਸਾਰੀ ਗੱਲ ਸੀਗੀ ਜਿਹੜੀ ਉਹ ਮੇਰੇ ਹਸਬੈਂਡ ਦੇ ਉੱਤੇ, ਨਵਦੀਪ ਸਿੰਘ ਦੇ ਉੱਤੇ ਇਹਨਾਂ ਨੇ ਪਾਤੀ। ਬੇਲ ਤੋਂ ਪਹਿਲਾਂ ਵੀ ਮੇਰਾ ਹਸਬੈਂਡ ਦੋਸ਼ੀ ਨਹੀਂ ਸੀਗਾ, ਡਿੱਗਣ ਤੱਕ ਮੇਰਾ ਹਸਬੈਂਡ ਦੋਸ਼ੀ ਨਹੀਂ ਸੀਗਾ। ਜਦੋਂ ਉਹ ਡਿੱਗ ਗਏ, ਉਸ ਤੋਂ ਬਾਅਦ ਉਹ ਦੋਸ਼ੀ ਹੋ ਗਿਆ। ਮੇਰੇ ਹਸਬੈਂਡ ਕੋਲ ਉਹ ਜਿੰਦਾ ਗਿਆ ਸੀ ਨਾ, ਮਾਨਵਜੀਤ ਸਿੰਘ ਜਿਉਂਦਾ ਗਿਆ ਸੀ, ਪਰ ਜਿਹੜਾ ਮਰਿਆ ਉਹ ਜਾ ਕੇ ਮਰਿਆ ਹੈਗਾ ਆ ਮਾਨਵਜੀਤ ਉੱਪਲ ਦੀ ਕਸਟਡੀ 'ਚ, ਮਾਨਵਜੀਤ ਉੱਪਲ ਦੇ ਕੋਲ ਸੀਗਾ। ਫਿਰ ਗੁਨਾਹਗਾਰ ਕੌਣ ਹੋਇਆ? ਉਹਦੇ ਪਰਿਵਾਰਕ ਵੱਲੋਂ ਕਿਹਾ ਜਾਂਦਾ ਹੈ ਜੋ SHO ਸਾਹਿਬ ਵੱਲੋਂ ਗੜੀ ਹੈ ਉਹਨਾਂ ਨੂੰ ਹਰਾਸਮੈਂਟ ਕੀਤੀ ਗਈ ਸੀ। ਮੈਂ ਉਹੀ ਕਹਿ ਰਹੀ ਹਾਂ ਕਿ ਜਿਹੜੀ ਹਰਾਸਮੈਂਟ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਗਈ, ਪਹਿਲਾਂ ਕਿਉਂ ਨਹੀਂ ਮਾਨਵਜੀਤ ਉੱਪਲ ਜਦੋਂ ਇੱਥੇ ਲੈ ਕੇ ਗਿਆ, ਉਹਨੂੰ ਚਾਹੀਦਾ ਸੀਗਾ ਕਿ ਪਹਿਲਾਂ ਕਮਿਸ਼ਨਰ ਆਫਿਸ ਲੈ ਕੇ ਜਾਂਦਾ ਕਿ ਜੀ ਤੁਹਾਡੇ ਜਿਹੜੇ SHO ਸਾਹਿਬ ਨੇ ਉਹਨਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਹੈ, ਸਾਡੀ ਕੰਪਲੇਂਟ ਦਰਜ ਕਰੋ। ਸੀਨੀਅਰ ਅਧਿਕਾਰੀ ਜਾਂ ਕਿਸੇ ਸੀਨੀਅਰ ਅਧਿਕਾਰੀ ਕੋਲ ਜਾਂਦਾ ਉਹ, ਜਦੋਂ ਉਹਨੇ ਛਾਲਾਂ ਮਾਰਤੀਆਂ, ਉਸ ਤੋਂ ਬਾਅਦ ਜਦੋਂ ਉਹ ਬੰਦੇ ਨਾ ਉਹ ਲਿਖਤੀ ਕੁਛ ਛੱਡ ਕੇ ਗਏ ਨੇ ਮੇਰੇ ਹਸਬੈਂਡ ਦੇ ਖਿਲਾਫ, ਨਾ ਉਹਨਾਂ ਨੇ ਕੋਈ ਵੀਡੀਓ ਰਿਕਾਰਡਿੰਗ ਛੱਡੀ ਹੈ, ਨਾ ਕੋਈ ਆਡੀਓ ਰੱਖੀ ਹੈ, ਨਾ ਕੋਈ ਵਾਇਸ ਮੈਸੇਜ ਛੱਡ ਕੇ ਗਿਆ ਉਹ, ਨਾ ਕਿਤੇ ਲਿਖਤੀ ਉਹ ਮੇਰੇ ਹਸਬੈਂਡ ਦਾ ਨਾਮ ਲਿਖ ਕੇ ਗਿਆ, ਸਿਰਫ ਇੱਕ ਮਾਨਵਜੀਤ ਉੱਪਲ ਦੇ ਕਹਿਣ 'ਤੇ ਇਹ ਪਰਚਾ ਦਰਜ ਹੋਇਆ।
ਕੀ ਇਹ ਠੀਕ ਹੋਇਆ? ਹੁਣ ਤੁਹਾਡੇ ਉਸ ਤੋਂ ਬਾਅਦ ਦੇ ਐਸ ਐਚ ਓ ਨਦੀਪ ਸਿੰਘ ਜੀ ਨਾਲ ਤੁਹਾਡੇ ਆਪਣੇ ਤੁਹਾਡੇ ਹਸਬੰਡ ਦੇ ਨਾਲ ਗੱਲਬਾਤ ਹੋ ਰਹੀ ਹੈ? ਨਹੀਂ ਜੀ, ਉਹਨਾਂ ਨਾਲ ਕੋਈ, ਕਿਉਂਕਿ ਉਹ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ, ਜਿੱਦਾਂ ਮੀਡੀਆ ਦੇ ਵਿੱਚ ਉਹਨਾਂ ਦੀ ਵਾਇਰਲ ਹੋਈਆਂ ਇਹ ਸਾਡੀ, ਅਸੀਂ ਤਾਂ ਨਿਰਦੋਸ਼ ਹੋ ਕੇ ਵੀ ਉਸ ਦਿਨ ਦੇ 20 ਦਿਨ ਦੇ ਕਰੀਬ ਹੋ ਚੱਲੇ ਹੋਣੇ ਆ, ਅਸੀਂ ਦੋਸ਼ੀ ਹੋਏ ਬੈਠੇ ਹਾਂ। ਅਸੀਂ ਦੋਸ਼ ਨਾ ਕਰਕੇ ਵੀ ਮੈਂ ਹਾਲੇ ਤੱਕ ਇਸ ਚੀਜ਼ ਦੀ ਵੇਟ ਸੀ ਕਿ ਕੋਈ ਨਾ ਕੋਈ ਸੀਨੀਅਰ ਪੁਲਿਸ ਅਧਿਕਾਰੀ ਜਾਂ ਕੋਈ ਨੇਤਾ ਜਾਂ ਕੋਈ ਮਹਿਲਾ ਮੰਡਲ ਦੀ ਕੋਈ ਜਿਹੜੀ ਔਰਤ ਆ ਉਹ ਜ਼ਰੂਰ ਨਿਕਲ ਕੇ ਸਾਹਮਣੇ ਆਊਗੀ ਕਿ ਔਰਤਾਂ ਦੀ ਰਾਖੀ ਵਾਸਤੇ ਉਸ ਬੰਦੇ ਨੇ ਇਹ ਕਦਮ ਚੁੱਕਿਆ ਅਤੇ ਅਸੀਂ ਉਹਦੇ ਇਹ ਹਾਲਾਤ ਹੁੰਦੇ ਨਹੀਂ ਦੇਖ ਸਕਦੇ। ਇਸ ਚੀਜ਼ ਦੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜਿਹੜੀ ਹੈਗੀ ਛਾਣਬੀਨ ਕੀਤੀ ਜਾਵੇ। ਸਿਆਸਤ ਰੰਗਤ ਇਸ ਕਰਕੇ ਦਿੱਤੀ ਜਾ ਰਹੀ ਹੈ, 306 ਦੇ ਪਰਚੇ ਪੰਜਾਬ ਦੇ ਵਿੱਚ ਰੋਜ਼ ਹੁੰਦੇ ਆ, ਪਰ ਜਿਹੜਾ 306 ਦਾ ਪਰਚਾ ਮੇਰੇ ਹਸਬੈਂਡ ਦੇ ਉੱਤੇ ਦਿੱਤਾ ਗਿਆ ਆ ਉਹਨੂੰ ਇੰਨਾ ਹਾਈਲਾਈਟ ਕਿਉਂ ਕੀਤਾ ਗਿਆ? ਉਹਨੂੰ ਇਸ ਕਰਕੇ ਕੀਤਾ ਗਿਆ ਕਿਉਂਕਿ ਮੇਰੇ ਜਿਹੜੇ ਪਤੀ ਨੇ ਨਸ਼ਿਆਂ ਦੇ ਖਿਲਾਫ਼ ਸਭ ਤੋਂ ਵੱਧ ਪਰਚੇ ਜਲੰਧਰ ਸ਼ਹਿਰ ਦੇ ਵਿੱਚ ਮੇਰੇ ਹਸਬੈਂਡ ਨੇ ਦਿੱਤੇ ਆ। ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹਨਾਂ ਨੇ ਸੋਚਿਆ ਕਿ ਅਸੀਂ ਜਿਹੜਾ ਆਪਣੇ ਰਸਤੇ ਦਾ ਕੰਡਾ ਆ ਇਹਨੂੰ ਕੱਢ ਦਈਏ। ਇਹਨਾਂ ਨੇ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ ਮੇਰੇ ਹਸਬੈਂਡ ਨੂੰ ਆਪਣਾ ਸ਼ਿਕਾਰ ਬਣਾਇਆ। ਮਾਨਵ ਬ੍ਰਦਰ ਜਾਂ ਜਸ਼ਨ ਬ੍ਰਦਰ ਇਹ ਹਾਲਾਤ ਹੁੰਦੇ ਨਹੀਂ ਦੇਖ ਸਕਦੇ। ਇਸ ਚੀਜ਼ ਦੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜਿਹੜੀ ਹੈਗੀ ਛਾਣਬੀਨ ਕੀਤੀ ਜਾਵੇ। ਸਿਆਸਤ ਰੰਗਤ ਇਸ ਕਰਕੇ ਦਿੱਤੀ ਜਾ ਰਹੀ ਹੈ, 306 ਦੇ ਪਰਚੇ ਪੰਜਾਬ ਦੇ ਵਿੱਚ ਰੋਜ਼ ਹੁੰਦੇ ਆ, ਪਰ ਜਿਹੜਾ 306 ਦਾ ਪਰਚਾ ਮੇਰੇ ਹਸਬੈਂਡ ਦੇ ਉੱਤੇ ਦਿੱਤਾ ਗਿਆ ਆ ਉਹਨੂੰ ਇੰਨਾ ਹਾਈਲਾਈਟ ਕਿਉਂ ਕੀਤਾ ਗਿਆ? ਉਹਨੂੰ ਇਸ ਕਰਕੇ ਕੀਤਾ ਗਿਆ ਕਿਉਂਕਿ ਮੇਰੇ ਜਿਹੜੇ ਪਤੀ ਨੇ ਨਸ਼ਿਆਂ ਦੇ ਖਿਲਾਫ਼ ਸਭ ਤੋਂ ਵੱਧ ਪਰਚੇ ਜਲੰਧਰ ਸ਼ਹਿਰ ਦੇ ਵਿੱਚ ਮੇਰੇ ਹਸਬੈਂਡ ਨੇ ਦਿੱਤੇ ਆ। ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹਨਾਂ ਨੇ ਸੋਚਿਆ ਕਿ ਅਸੀਂ ਜਿਹੜਾ ਆਪਣੇ ਰਸਤੇ ਦਾ ਕੰਡਾ ਆ ਇਹਨੂੰ ਕੱਢ ਦਈਏ। ਇਹਨਾਂ ਨੇ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ ਮੇਰੇ ਹਸਬੈਂਡ ਨੂੰ ਆਪਣਾ ਸ਼ਿਕਾਰ ਬਣਾਇਆ। ਮਾਨਵ ਬ੍ਰਦਰ ਜਾਂ ਜਸ਼ਨ ਬ੍ਰਦਰ ਦੀ ਇਸ ਮੌਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਇਹ ਜਿਹੜੇ ਸਿਆਸੀ ਲੋਕ ਨੇ ਰਾਜਨੀਤੀ ਦੇ ਵਿੱਚ ਪੈ ਕੇ ਉਹਨਾਂ ਨੇ ਆਪਣੇ ਰਸਤੇ ਦਾ ਕੰਡਾ ਦੂਰ ਕਰਤਾ ਵੀ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜਦੋਂ ਇੱਕ ਬ੍ਰਦਰ ਨੇ ਛਲਾਂਗ ਮਾਰੀ ਜੀ, ਦੂਸਰੇ ਬ੍ਰਦਰ ਨੇ ਦੇਖਿਆ ਕਿ ਮੇਰੇ ਬ੍ਰਦਰ ਨੇ ਛਲਾਂਗ ਮਾਰਤੀ, ਉਹਨੂੰ ਬਚਾਉਣ ਵਾਸਤੇ ਦੂਸਰੇ ਨੇ ਛਲਾਂਗ ਮਾਰਤੀ, ਇਹ ਵੀ ਮਾਨਵਜੀਤ ਉੱਪਲ ਦਾ ਕਹਿਣਾ ਜੀ, ਮੈਂ ਨਹੀਂ ਕਹਿ ਰਹੀ। ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਇੱਕ ਬ੍ਰਦਰ ਜਸ਼ਨਪ੍ਰੀਤ ਦੀ ਡੈਡ ਬੋਡੀ ਮਿਲਦੀ ਹੈ। ਡੈਡ ਬੋਡੀ ਮਿਲਣ ਤੋਂ ਬਾਅਦ ਸਿਆਸਤ ਹੋਰ ਪੱਕ ਜਾਂਦੀ ਜੀ, ਠੀਕ ਹੈ ਜੀ। ਪਰਿਵਾਰਿਕ ਮੈਂਬਰਾਂ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਸੰਸਕਾਰ ਉਦੋਂ ਤੱਕ ਨਹੀਂ ਦੇਣੇ ਕਰਨਾ ਜਦ ਤੱਕ ਤਿੰਨਾਂ ਦੀ ਅਰੈਸਟ ਨਹੀਂ ਪੈਂਦੀ, ਠੀਕ ਹੈ ਜੀ। ਅੱਜ ਪਤਾ ਲੱਗਾ ਕਿ ਜਿਸ ਲੜਕੇ ਦੀ ਡੈਡ ਬੋਡੀ ਮਿਲੀ ਸੀ ਉਹਨਾਂ ਦਾ ਸੰਸਕਾਰ ਕਰਨ ਲੱਗੇ ਹੈ, ਠੀਕ ਹੈ ਜੀ। ਅਗਰ ਤੁਸੀਂ ਕਹਿ ਰਹੇ ਮੇਰੇ ਪਤੀ ਨਵਦੀਪ ਬਿਲਕੁਲ ਬੇਗੁਨਾਹ ਹੈਗੇ, ਬਿਲਕੁਲ ਅਗਰ ਬੇਗੁਨਾਹ ਹੈ ਤਾਂ ਇਸ ਟਾਈਮ ਹੈ ਕਿੱਥੇ? ਮੈਨੂੰ ਨਹੀਂ ਜੀ ਪਤਾ, ਕਿਉਂਕਿ ਜੇ ਬੰਦਾ ਇੱਕ ਦੋ ਬੰਦਿਆਂ ਨੂੰ ਲਾਪਤਾ ਕਰ ਸਕਦਾ ਉਹ ਤੀਸਰੇ ਬੰਦੇ ਨੂੰ ਕਿਉਂ ਨਹੀਂ ਕਰ ਸਕਦਾ? ਮੇਰੇ ਹੱਥ ਜੋੜ ਕੇ ਪ੍ਰਸ਼ਾਸਨ ਨੂੰ, ਲੋਕਾਂ ਨੂੰ, ਮੇਰੀ ਮੈਂ ਵੀ ਅਪੀਲ ਕਰਦੀ ਹਾਂ ਕਿ ਜਿੱਦੇ ਜਸ਼ਨ ਬਦਰ ਦੀ ਲਾਸ਼ ਲੱਭੀ ਗਈ ਹੈ ਮੇਰੇ ਪਤੀ ਨੂੰ ਵੀ ਲੱਭ ਕੇ ਮੈਨੂੰ ਵਾਪਸ ਦਿੱਤਾ ਜਾਵੇ ਤਾਂ ਕਿ ਮੈਂ ਉਹ ਮਹਿਕਮੇ ਦੇ ਅੱਗੇ ਪੇਸ਼ ਕਰ ਸਕਾਂ, ਉਹ ਆਪਣੀ ਇਨਵੈਸਟੀਗੇਸ਼ਨ ਨੂੰ ਜੁਆਇਨ ਕਰ ਸਕਾਂ। ਜੀ ਮੈਂ ਕੰਟਰੋਲ ਰੂਮ 'ਤੇ 3 ਦਿਨ ਹੋ ਗਏ ਪਹਿਲੇ ਮੈਂ ਉਹਨਾਂ ਨੂੰ ਦੱਸ ਚੁੱਕੀ। ਤੁਹਾਡੀ ਕੋਈ ਇਸ ਬਾਰੇ ਨਦੀਪ ਸਿੰਘ ਨਾਲ ਕੋਈ ਗੱਲਬਾਤ ਹੋਈ? ਨਹੀਂ ਜੀ, ਮੇਰੀ ਕੋਈ ਗੱਲਬਾਤ ਉਸ ਤੋਂ ਪਹਿਲੇ ਕੋਈ ਗੱਲਬਾਤ ਹੋਈ ਤੁਹਾਡੇ? ਨਹੀਂ, ਕੋਈ ਨਹੀਂ ਹੋਈ, ਪਰ ਉਹ ਪਰੇਸ਼ਾਨ ਜ਼ਰੂਰ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਐਸਾ ਕੁਛ ਵੀ ਨਹੀਂ ਕੀਤਾ। ਜੇ ਜਸ਼ਨ ਨੂੰ ਮੇਰੇ ਕੋਲੋਂ ਕੋਈ ਮਾਨਵਜੀਤ ਢਿੱਲੋਂ ਨੂੰ ਮੇਰੇ ਕੋਲੋਂ ਕੋਈ ਪ੍ਰੋਬਲਮ ਆਈ ਸੀ ਤਾਂ ਉਹ ਆਪਣੇ ਜੱਜ ਨੂੰ ਦੱਸ ਸਕਦਾ ਸੀ, ਮੇਰੇ ਮਹਿਕਮੇ 'ਚ ਕਿਸੇ ਵੀ ਸੀਨੀਅਰ ਆਫਿਸਰ ਨੂੰ ਅਪਰੋਚ ਕਰ ਸਕਦਾ ਸੀ। ਮਰਨ ਤੋਂ ਬਾਅਦ ਤੀਜਾ ਬੰਦਾ ਕਹਿ ਰਿਹਾ ਜੀ ਉਹ ਇਸ ਚੀਜ਼ ਕਰਕੇ ਮਰ ਗਿਆ, ਠੀਕ ਹੈ, ਇਹ ਤੇ ਕੋਈ ਗੱਲ ਨਹੀਂ ਨਾ ਬਣਦੀ। ਏਦਾਂ ਤੇ ਜੱਜ ਦੇ ਕੋਲ ਕਿੰਨੇ ਫੈਸਲੇ ਕਰਦੇ ਨੇ, ਹਾਈ ਕੋਰਟ ਦੇ ਜੱਜ, ਸੈਸ਼ਨ ਕੋਰਟ ਦੇ ਜੱਜ, ਹਨਾ, ਤੇ ਜਿਹੜੇ ਲੋਕ ਨੇ ਉਹ ਆ ਕੇ ਉਹ ਸਜ਼ਾ ਸੁਣਾ ਦਿੰਦੇ ਨੇ ਜੀ ਤੈਨੂੰ ਆਹ ਸਜ਼ਾ ਹੋ ਗਈ, ਤੈਨੂੰ ਆਹ ਸਜ਼ਾ ਹੋ ਗਈ, ਤੇ ਜਿਹੜੇ ਬਾਕੀ ਘਰ ਦੇ ਮੈਂਬਰ ਨੇ ਉਹ ਸੁਸਾਈਡ ਕਰ ਲੈਣ ਵੀ ਜੱਜ ਨੇ ਸਾਨੂੰ ਜੀ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਸੀਗਾ ਉਹਨੂੰ ਆਹ ਸਜ਼ਾ ਸੁਣਾਤੀ ਹੈ ਇਸ ਕਰਕੇ ਅਸੀਂ ਆਹ ਮਰਨ ਲੱਗੇ। ਇਹ ਤਾਂ ਉਹ ਵੀ ਨਹੀਂ ਕਹਿ ਕੇ ਗਈ ਪੁਲਿਸ ਵੱਲੋਂ ਮੇਰੇ ਪਤੀ ਦੇ ਖਿਲਾਫ ਕਹਿ ਰਹੇ ਹੋ ਕਿ ਦੇਖੋ ਜੀ ਉਸ ਚੀਜ਼ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ, ਉਹਨਾਂ ਨੇ ਇਨਵੈਸਟੀਗੇਸ਼ਨ ਆਪਣੀ ਸਟਾਰਟ ਕੀਤੀ ਹੋਈ ਆ, ਉਹ ਕਿੱਥੇ ਜਾ ਕੇ ਉਹਨੂੰ ਕਿੱਥੇ ਖਤਮ ਕਰਦੇ ਨੇ ਇਹ ਕਾਨੂੰਨ ਦੇ ਅੰਦਰ ਆ ਜਾਂਦਾ। ਮੈਂ ਤਾਂ ਸਿਰਫ ਜੋ ਅੱਜ ਮੇਰਾ ਪਰਿਵਾਰ ਸਫ਼ਰ ਕਰ ਰਿਹਾ, ਮੇਰੇ ਬੱਚੇ ਮੈਨੂੰ ਪੁੱਛ ਰਹੇ ਨੇ ਕਿ ਮੰਮਾ ਜਿਸ ਬੰਦੇ ਦਾ ਕਤਲ ਪਾਪਾ ਦੇ ਸਿਰ 'ਤੇ ਲਾ ਰਹੇ ਨੇ ਉਹਦੀ ਉਹ ਬੰਦੇ ਨੂੰ ਤਾਂ ਪਾਪਾ ਜਾਣਦੇ ਹੀ ਨਹੀਂ ਸੀ, ਨਾ ਪਾਪਾ ਦੇ ਪੁਲਿਸ ਸਟੇਸ਼ਨ 'ਚ ਗਏ ਆ,
ਉਹ ਬੰਦਾ ਮਿਲਿਆ ਹੀ ਨਹੀਂ, ਫਿਰ ਇਹ ਉਹਨਾਂ ਨੂੰ ਜ਼ਿੰਮੇਵਾਰ ਕਿਉਂ ਠਹਿਰਾ ਰਹੇ ਨੇ? ਜਦੋਂ ਮੈਡਮ ਪੂਰਾ ਇੰਸੀਡੈਂਟ ਹੁੰਦਾ ਢਿੱਲੋਂ ਬ੍ਰਦਰਸ ਦੇ ਦੋਨੋਂ ਲੜਕੇ ਛਲਾਂਗ ਮਾਰ ਦਿੰਦੇ ਆ, ਉਸ ਤੋਂ ਬਾਅਦ ਨਵਦੀਪ ਸਿੰਘ ਜੀ ਘਰੇ ਆਉਂਦੇ ਆ, ਘਰੇ ਆ ਕੇ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਆ ਇਸ ਕੇਸ ਨੂੰ ਲੈ ਕੇ? ਹਾਂਜੀ ਜ਼ਰੂਰ ਕੀਤੀ ਆ ਉਹਨਾਂ ਨੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਦਾਂ ਵੀਡੀਓ ਵਾਇਰਲ ਹੋ ਗਈ, ਉਹਨਾਂ ਨੂੰ ਮੀਡੀਆ ਦੇ ਥਰੂ ਹੀ ਪਤਾ ਲੱਗਿਆ, ਐਕਚੁਅਲੀ ਉਹਨਾਂ ਨੂੰ ਵੈਸੇ ਨਹੀਂ ਕਿਤੋਂ ਵੀ ਕਾਲ ਨਹੀਂ ਆਈ ਜਾਂ ਕੁਛ ਵੀ, ਸਾਨੂੰ ਐਕਚੁਅਲੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੀ, ਫਿਰ ਅਸੀਂ ਵੀਡੀਓ ਦੇਖੀ। ਇਹ ਕਹਿੰਦੇ ਕਿ ਮੇਰੇ ਨਾਲ ਉਹਦੀ ਕੋਈ ਨਹੀਂ ਗੱਲ ਹੋਈ ਸੀ, ਪਰ ਜਿਹੜੀ ਉਹ ਲੜਕੀ ਸੀਗੀ ਉਹਨੂੰ ਇਹਨੇ ਇੱਦਾਂ ਬੋਲਿਆ। ਮੈਨੂੰ ਰਿਕੁਐਸਟ ਕੀਤੀ ਕਿ ਤੂੰ ਨਾ ਆਪਣਾ ਥੋੜ੍ਹਾ ਧਿਆਨ ਨਾਲ ਗੱਲ ਕਰ, ਇਹ ਗੰਦੀ ਭਾਸ਼ਾ ਜਿਹੜੀ ਇੱਥੇ ਨਾ ਵਰਤ, ਉਹ ਵੀ ਕਿਸੇ ਦੀ ਧੀ ਭੈਣ ਆ। ਦੇਖੋ ਜੀ ਉਹ ਅਨਮੈਰਿਡ ਕੁੜੀ ਆ, ਮੇਰੀ ਗੱਲ ਸੁਣੋ ਬ੍ਰਦਰ, ਉਹ ਅਨਮੈਰਿਡ ਕੁੜੀ ਆ, ਹੈ ਨਾ, ਤੁਸੀਂ ਉਹਦੀ ਜਾ ਕੇ ਉਹਨੂੰ 7 ਸਾਲ ਹੋ ਗਏ, ਉਹ ਮਹਿਲਾ ਕਰਮਚਾਰੀ ਆ ਉੱਥੇ, ਉਹ ਕਿਸੇ ਜਿਹੜੀ ਕੁੜੀ ਦਾ ਕੇਸ ਇਹ ਆਏ ਸੀ ਨਾ। ਐਕਚੁਅਲੀ ਮੇਨ ਚੀਜ਼ ਇਹ ਆ ਕਿ ਜਿਹੜਾ ਮਨਜੀਤ ਸਿੰਘ ਉੱਪਲ ਹੈ, ਨਾ ਤਾਂ ਜਿਹੜੀ ਕੁੜੀ ਦੇ ਮੈਟਰ ਦੇ ਵਿੱਚ ਉੱਥੇ ਆਏ ਸੀ, ਨਾ ਤਾਂ ਇਹ ਉਹਦੇ ਰਿਸ਼ਤੇਦਾਰ ਹੈ, ਨਾ ਮਾਨਵਜੀਤ, ਨਾ ਢਿੱਲੋਂ ਬ੍ਰਦਰ ਸੀ, ਦੋਨੋਂ ਬ੍ਰਦਰਸ ਉਹਦੇ ਰਿਸ਼ਤੇਦਾਰ ਸੀ। ਜਿਹੜੀ ਉਹ ਕੁੜੀ ਸੀਗੀ ਪਰਮਿੰਦਰਜੀਤ ਕੌਰ ਜਿਹਦਾ ਇਹਦੇ ਸਾਰੇ ਜਿੱਥੋਂ ਸ਼ੁਰੂ ਹੁੰਦਾ ਹੈ ਕੰਮ, ਮੈਂ ਪੁੱਛਣਾ ਚਾਹੂੰਗੀ ਵੀ ਉਹਦੇ ਰਿਸ਼ਤੇਦਾਰ ਕਿੱਥੇ ਸੀ, ਨਾ ਉਹਦਾ ਭੈਣ, ਨਾ ਭਰਾ, ਨਾ ਮਾਮੀ, ਨਾ ਭੋਰ, ਕਿੱਥੇ ਸੀ ਉਹਦੇ ਨਾਲ ਰਿਸ਼ਤਾ, ਮਤਲਬ ਉਹਦਾ ਰਿਸ਼ਤਾ ਕੀ ਸੀਗਾ ਇਹ ਮਾਨਵਜੀਤ ਉੱਪਲ ਨਾਲ, ਵੀ ਮਾਨਵਜੀਤ ਉੱਪਲ ਨੇ ਮੇਰਾ ਘਰ ਹੀ ਉਜਾੜ ਕੇ ਰੱਖਤਾ। ਕੀ ਉੱਥੇ ਥਾਣੇ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ, ਕਿ ਇਸ ਬਾਰੇ ਤੁਸੀਂ ਪ੍ਰਸ਼ਾਸਨ ਜਾਂ ਮੈਨੂੰ ਉਹ ਜੀ ਮਹਿਕਮੇ ਦੀ ਉਹਨਾਂ ਨੂੰ ਪਤਾ ਹੋਣਾ ਆ ਕਿ ਉਹਦਾ ਕੀ ਆ, ਉਹ ਮੈਂ ਜਿਹੜੇ ਸੀਨੀਅਰ ਅਧਿਕਾਰੀ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੀ ਇਨਵੈਸਟੀਗੇਸ਼ਨ ਇੱਥੋਂ ਕਰ ਲੈਣ। ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਪਤੀ ਦੀ ਸ਼ਿਕਾਇਤ ਕੰਟਰੋਲ ਰੂਮ ਤੇ ਦਿੱਤੀ ਕਿ ਮੇਰੇ ਪਤੀ ਲਾਪਤਾ? ਜੀ ਬਿਲਕੁਲ ਲਾਪਤਾ ਹੋਣ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਹਾਂਜੀ ਨਹੀਂ ਪੁੱਛਿਆ ਜੀ, ਪੁੱਛਿਆ ਮਿਲਿਆ ਮੈਨੂੰ, ਪਰ ਹਾਲੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ, ਨਾ ਮੈਨੂੰ ਪਤਾ, ਨਾ ਉਹ ਕਹਿ ਰਹੇ ਕਿ ਸਾਨੂੰ। ਇਸ ਬਾਰੇ ਤੁਸੀਂ ਉੱਪਰ ਹਾਈਕਮਾਂਡ ਤੱਕ ਪਹੁੰਚੋਗੇ? ਬਿਲਕੁਲ ਜੀ ਬਿਲਕੁਲ, ਨਹੀਂ ਹਾਲੇ ਤੱਕ ਤੇ ਅਸੀਂ ਨਹੀਂ ਪਹੁੰਚੇ, ਕਿਉਂਕਿ ਮੈਂ ਇਸ ਚੀਜ਼ ਦੀ ਵੇਟ ਕਰਦੀ ਸੀ, ਕਿਉਂਕਿ ਅਸੀਂ ਨਾ ਇਸ ਚੀਜ਼ ਦੇ ਵਿੱਚ ਬੰਨੇ ਹੁੰਦੇ ਹਾਂ ਕਿ ਜੇ ਤੁਸੀਂ ਵਰਦੀ ਪਾਈ ਹੈ ਨਾ, ਤਾਂ ਤੁਸੀਂ ਨਾ ਤੇ ਕੋਈ ਰੋਸ ਪ੍ਰਦਰਸ਼ਨ ਕਰ ਸਕਦੇ ਹੋ, ਨਾ ਤੁਸੀਂ ਲੋਕਾਂ ਨੂੰ ਆਪਣੀ, ਜਿੱਦਾਂ ਮੈਂ ਹੁਣ ਕਰਨ ਲੱਗੀ, ਹੁਣ ਮੈਂ ਫ੍ਰੀ, ਮਤਲਬ ਇੱਕ ਤਰ੍ਹਾਂ ਨਾਲ ਹੁਣ ਮੈਂ ਇਸ ਮਹਿਕਮੇ 'ਚੋਂ ਮੇਰੇ ਪਤੀ ਨੂੰ ਜਿਹੜਾ ਆ ਅਲੱਗ ਕਰ ਦਿੱਤਾ ਗਿਆ। ਮੈਂ ਇਹ ਚੀਜ਼ ਮੈਂ ਲੋਕਾਂ ਨੂੰ ਵੀ ਪੁੱਛਣੀ ਚਾਹੂੰਗੀ ਕਿ ਜਿਹੜੇ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਹੈ, ਸਾਡਾ ਕੀ ਕਸੂਰ ਹੈ? ਨਾ ਸਾਡੇ ਨਾਲ ਪ੍ਰਸ਼ਾਸਨ ਖੜਦਾ, ਨਾ ਸਾਡੇ ਨਾਲ ਨੇਤਾ ਖੜਦੇ ਆ, ਨਾ ਸਾਡੇ ਨਾਲ ਜਿਹੜੇ ਆਮ ਲੋਕ ਆ ਉਹ ਖੜਦੇ ਆ। ਠੀਕ ਜਿਹੜੇ ਪੁਲਿਸ ਅਫੀਸਰ ਦੀ ਵਾਈਫ ਦੀ ਹੈਸੀਅਤ ਹੋਣ ਨਾਲ ਨੀ ਪੁੱਛਿਆ, ਮੈਂ ਉਹਨੂੰ ਇੱਕ ਬੀਇੰਗ ਏ ਲੇਡੀ, ਬੀਇੰਗ ਏ ਔਰਤ, ਉਹਦੇ ਕਰਕੇ ਪੁੱਛਿਆ ਸੀ ਵੀ ਬੇਟਾ ਉਸ ਦਿਨ ਗੱਲ ਕੀ ਹੋਈ ਸੀ, ਕਿਉਂਕਿ ਲੜਕੀ ਅਨਮੈਰਿਡ ਹੈ ਜੀ ਹਾਲੇ। ਉਹਨਾਂ ਸਾਰੀ ਗੱਲ ਤੁਹਾਡੇ ਨਾਲ ਹੋਈ, ਉਹਨੇ ਗੱਲ ਸਾਂਝੀ ਕੀਤੀ ਤੁਹਾਡੇ ਨਾਲ? ਹਾਂਜੀ ਬਿਲਕੁਲ ਬਿਲਕੁਲ ਕੀਤੀ ਉਹਨੇ ਕਿ ਮੈਂ। ਹੁਣ ਤੁਸੀਂ ਇਨਸਾਫ ਕੀ ਚਾਹੁੰਦੇ? ਮੈਂ ਇਨਸਾਫ ਇਹ ਮੰਗਦੀ ਹਾਂ ਵੀ ਮੇਰੀ ਜਿਹੜੇ ਢਿੱਲੋਂ ਬ੍ਰਦਰਸ ਦੇ ਫਾਦਰ ਸਾਹਿਬ ਨੇ, ਮੈਂ ਕਹਿੰਦੀ ਹਾਂ ਵੀ ਤੁਸੀਂ ਮੇਰੀ ਆਵਾਜ਼ ਉਹਨਾਂ ਤੱਕ ਜ਼ਰੂਰ ਪਹੁੰਚਾਓ, ਆਮ ਲੋਕਾਂ ਤੱਕ ਵੀ ਜ਼ਰੂਰ ਪਹੁੰਚਾਓ ਕਿ ਜਿਨ੍ਹਾਂ ਨੇ ਐਸੀ, ਨਾ ਤਾਂ ਕੋਈ ਰੋਸ ਪ੍ਰਦਰਸ਼ਨ ਕਰ ਸਕਦੇ ਹੋ, ਨਾ ਤੁਸੀਂ ਲੋਕਾਂ ਨੂੰ ਆਪਣੀ, ਜਿੱਦਾਂ ਮੈਂ ਹੁਣ ਕਰਨ ਲੱਗੀ, ਹੁਣ ਮੈਂ ਫ੍ਰੀ, ਮਤਲਬ ਇੱਕ ਤਰ੍ਹਾਂ ਨਾਲ ਹੁਣ ਮੈਂ ਇਸ ਮਹਿਕਮੇ 'ਚੋਂ ਮੇਰੇ ਪਤੀ ਨੂੰ ਜਿਹੜਾ ਆ ਅਲੱਗ ਕਰ ਦਿੱਤਾ ਗਿਆ। ਮੈਂ ਇਹ ਚੀਜ਼ ਮੈਂ ਲੋਕਾਂ ਨੂੰ ਵੀ ਪੁੱਛਣੀ ਚਾਹੂੰਗੀ ਕਿ ਜਿਹੜੇ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਹੈ, ਸਾਡਾ ਕੀ ਕਸੂਰ ਹੈ? ਨਾ ਸਾਡੇ ਨਾਲ ਪ੍ਰਸ਼ਾਸਨ ਖੜਦਾ, ਨਾ ਸਾਡੇ ਨਾਲ ਨੇਤਾ ਖੜਦੇ ਆ, ਨਾ ਸਾਡੇ ਨਾਲ ਜਿਹੜੇ ਆਮ ਲੋਕ ਆ ਉਹ ਖੜਦੇ ਆ। ਹਾਂਜੀ ਮੇਰੀ ਉਸ ਲੜਕੀ ਨਾਲ ਗੱਲ ਹੋਈ ਸੀ, ਮੈਂ ਕਿਹਾ ਚਲੋ ਫਿਰ ਵੀ ਇੱਕ ਵਾਰੀ, ਮੈਂ ਉਹਨੂੰ ਇੱਕ ਜਿਹੜੇ ਪੁਲਿਸ ਅਫੀਸਰ ਦੀ ਵਾਈਫ ਦੀ ਹੈਸੀਅਤ ਹੋਣ ਨਾਲ ਨੀ ਪੁੱਛਿਆ, ਮੈਂ ਉਹਨੂੰ ਇੱਕ ਬੀਇੰਗ ਏ ਲੇਡੀ, ਬੀਇੰਗ ਏ ਔਰਤ, ਉਹਦੇ ਕਰਕੇ ਪੁੱਛਿਆ ਸੀ ਵੀ ਬੇਟਾ ਉਸ ਦਿਨ ਗੱਲ ਕੀ ਹੋਈ ਸੀ, ਕਿਉਂਕਿ ਲੜਕੀ ਅਨਮੈਰਿਡ ਹੈ ਜੀ ਹਾਲੇ। ਉਹਨਾਂ ਸਾਰੀ ਗੱਲ ਤੁਹਾਡੇ ਨਾਲ ਹੋਈ, ਉਹਨੇ ਗੱਲ ਸਾਂਝੀ ਕੀਤੀ ਤੁਹਾਡੇ ਨਾਲ? ਹਾਂਜੀ ਬਿਲਕੁਲ ਬਿਲਕੁਲ ਕੀਤੀ ਉਹਨੇ ਕਿ ਮੈਂ। ਹੁਣ ਤੁਸੀਂ ਇਨਸਾਫ ਕੀ ਚਾਹੁੰਦੇ? ਮੈਂ ਇਨਸਾਫ ਇਹ ਮੰਗਦੀ ਹਾਂ ਵੀ ਮੇਰੀ ਜਿਹੜੇ ਢਿੱਲੋਂ ਬ੍ਰਦਰਸ ਦੇ ਫਾਦਰ ਸਾਹਿਬ ਨੇ, ਮੈਂ ਕਹਿੰਦੀ ਹਾਂ ਵੀ ਤੁਸੀਂ ਮੇਰੀ ਆਵਾਜ਼ ਉਹਨਾਂ ਤੱਕ ਜ਼ਰੂਰ ਪਹੁੰਚਾਓ, ਆਮ ਲੋਕਾਂ ਤੱਕ ਵੀ ਜ਼ਰੂਰ ਪਹੁੰਚਾਓ ਕਿ ਜਿਨ੍ਹਾਂ ਨੇ ਇੰਨਾ ਸਾਥ ਢਿੱਲੋਂ ਬ੍ਰਦਰਸ ਦੇ ਫਾਦਰ ਸਾਹਿਬ ਦਾ ਦਿੱਤਾ ਆ, ਉਹ ਉਹਨਾਂ ਦਾ ਦਿੰਦੇ ਰਹਿਣ, ਇਸ ਤੋਂ ਵੀ ਜ਼ਿਆਦਾ ਦੇਣ, ਮੈਂ ਇਹ ਉਮੀਦ ਕਰਦੀ ਹਾਂ, ਤਾਂ ਕਿ ਜਿਹੜਾ ਅਸਲੀ ਕਾਤਲ ਆ ਉਹਨੂੰ ਲੱਭਿਆ ਜਾ ਸਕੇ ਅਤੇ ਜਿਹੜੇ ਮੇਰੇ ਪਤੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ। ਜੇ ਇੰਨੀ ਦੇਰ ਤੱਕ
असली कातल नहीं लभ्या जाता, ना तो ढिलों ब्रदर्स नूं इंसाफ मिलना, ना मेरे पति नूं इंसाफ मिलना, ना पुलिस महकमे नूं मिलना, किसी नूं भी नहीं मिलना, क्योंकि ये एक आम आदमी की लड़ाई नहीं सी, ये पुलिस पुलिस महकमे की लड़ाई है, आम लोगों नाल नहीं, ये तो राजसी नेता ना बन गए जेडे ढिलों जेडे अपना मानवजीत सिंह उपल है ओदे उत्ते भी मेरे मतलब उन्हों दी जड़ी मैं जरूर मांग करूँगी प्रशासन को कि इहदी जड़ी है प्रॉपर इहदी पुछगिछ की जाए, इहदी बैकग्राउंड हिस्टरी देखी जाए, इहदे उत्ते भी 6 जड़े नशियां दे परचे दर्ज है, ये मेरे हसबैंड दे पिछे इस करके पए है जड़े नशियां दे सौदागर है, ये अपने गले का कंडा सीगा जिहड़ा उहनूं बाहर कढ़ना चाहुंदे सी, हुणे कढ लिया इहनां ने, हुणे फ्री हो। तुसीं जिहदा कहा कि उहदे उत्ते एफआईआर लॉन्च है नशे दीआं, दस सकदे हो कित्थे है? ये तुसी पता करो महकमे नूं अपनी तुसी जिहड़ी हैगी है ना अपनी बेनती करके पुछो, उन्हां नूं प्रशासन नूं पुछो, पुलिस प्रशासन दस्सो। मेरा लास्ट क्वेश्चन है जी, जदों जशनप्रीत दे दी एफआईआर लॉन्च हो जांदी, एफआईआर लॉन्च होण तों बाद जदों उन्हूं कोर्ट दे विच पेश करन लैके जांदे जी, हवालात दे विच एक व्यक्ति होर हुंदा जी, ठीक है जी, उन्हां दे जशनप्रीत दे फादर दा कहना है जी, ओह उन्हूं उन्हां नूं फोन करदा जी, उन्हां नूं इह कहिंदा कि तुसीं अपने ब्रदर लड़के नूं बचा लो, उन्हां मिसबिहेव कीता, उन्हूं कुट्टिया गया। अच्छा जी बिल्कुल ठीक है, मैं तुहाडे नाल चलो मान आपां चलदे आ इस चीज ते भी चलदे आ जी, उन्हें उस बंदे नूं क्यों कहा, उहदा मेडिकल होके हवालात चो बाहर हैंड ओवर करते ने ठीक है, जिहड़ा बंदा लैणा हुंदा उन्हें अपने डॉक्टर नूं क्यों नहीं कहा, उस तो बाद उन्हें जमानत लई लैके जांदे आ, उन्हें अपने वकील नूं क्यों कहा, वह उत्थों हवालात चो फोन क्यों करूगा, हवालात तां फोन दिंदे ही नहीं, अलाउ ही नहीं है। मैं गल मैडम पूरी कर रहा, ਉਹ ਜਿਹੜੇ ਬੰਦੇ ਨੇ ਉਹਨਾਂ ਦੇ ਫਾਦਰ ਨੂੰ ਫੋਨ ਕੀਤਾ ਉਹਦਾ ਮੈਂ ਸਮਝ ਗਈ ਜ਼ਮਾਨਤ ਹੋ ਚੁੱਕੀ ਸੀ, ਮੈਂ ਸਮਝ ਗਈ ਤੁਹਾਡੀ ਗੱਲ, ਫਿਰ ਇਹਨੇ ਆਪਣੇ ਵਕੀਲ ਨੂੰ ਕਹਿੰਦਾ ਉਹ ਇਹ ਜਦੋਂ ਉਹਨੇ ਇਹ ਗੱਲ ਕਹੀ ਸੀ ਇਹ ਆਪਣੇ ਵਕੀਲ ਇਹ ਉਸੇ ਦਿਨ ਹੀ ਕਹਿੰਦੇ ਜਦੋਂ ਉਹ ਡਿੱਗ ਪਏ ਗੱਲ ਕਹਾਣੀ ਖਤਮ ਹੋ ਗਈ, ਇਹ ਮਗਰੋਂ ਮੁੱਦਾ ਕਿਉਂ ਚੱਕਿਆ ਗਿਆ ਜ਼ਮਾਨਤ ਹੋਣ ਤੋਂ ਬਾਅਦ ਉਹਨਾਂ ਦੇ ਡਿੱਗਣ ਤੋਂ ਬਾਅਦ, ਯਾਨੀ ਕਿ ਤੁਹਾਡਾ ਇਹ ਕਹਿਣਾ ਹੈ ਕਿਤੇ ਨਾ ਕਿਤੇ ਨਵਦੀਪ ਸਿੰਘ ਨੂੰ ਫਸਾਇਆ ਜਾ ਰਿਹਾ? ਬਿਲਕੁਲ ਫਸਾਇਆ ਜਾ ਰਿਹਾ, ਬਿਲਕੁਲ ਜੀ 100% ਮੈਂ ਇਸ ਚੀਜ਼ ਨਾਲ ਸਹਿਮਤ ਹਾਂ, ਕਿਉਂਕਿ ਜੇ ਸਾਰਾ ਕੁਝ ਹੋਇਆ ਸੀ ਜਦੋਂ ਉਹ ਹਵਾਲਾਤ ਚੋਂ ਬਾਹਰ ਨਿਕਲ ਕੇ ਗਏ ਸੀ ਪੁਲਿਸ ਸਟੇਸ਼ਨ ਚੋਂ, ਤੇ ਉਹਨਾਂ ਨੂੰ ਉਦੋਂ ਹੀ ਆਪਣਾ ਬਿਆਨ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸ ਕਰਕੇ, ਮੇਰੇ ਹਸਬੈਂਡ ਨਾਲ ਅੱਜ ਜਾਦਤੀ ਹੋਈ ਨਾ, ਮੈਂ ਹੁਣੇ ਤੁਹਾਨੂੰ ਹੋਈ ਤਾਂ ਬਹੁਤ ਦਿਨਾਂ ਦੀ ਹੈ, ਪਰ ਮੈਂ ਹੁਣ ਤੱਕ ਇਸ ਮਹਿਕਮੇ ਦੇ ਅੰਦਰ ਬਾਉਂਡ ਸੀਗੀ, ਮੈਂ ਆਪਣਾ ਕੁਛ ਵੀ ਜਿਹੜਾ ਸੀਗਾ ਲੋਕਾਂ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਲੱਗਿਆ, ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਨਹੀਂ ਮੇਰੇ ਜਿਹੜੇ ਸੀਨੀਅਰਸ ਬੈਠੇ ਹੋਏ ਨੇ, ਜਿਹੜੇ ਆਮ ਪਬਲਿਕ ਬੈਠੀ ਹੋਈ ਆ, ਜਿਹੜੇ ਮਹਿਲਾ ਮੰਡਲ ਆ ਉਹ ਬੈਠੀ ਹੋਇਆ, ਕੋਈ ਨਾ ਕੋਈ ਇੱਕ ਔਰਤ ਦੇ ਹੱਕ ਲਈ ਜ਼ਰੂਰ ਆ ਕੇ ਬਾਹਰ ਨਿਕਲੂਗਾ, ਕੋਈ ਦਿਲ ਕੱਢੂਗਾ, ਪਰ ਨਹੀਂ ਮੈਨੂੰ ਲੱਗਦਾ ਵੀ ਸਾਰੇ ਦਾ ਸਾਰਾ ਜਿਹੜਾ ਇਹ ਸਿਸਟਮ ਸੀਗਾ ਪੋਲੀਟੀਸ਼ੀਅਨ ਦੇ ਥੱਲੇ ਆ ਕੇ ਮੇਰੇ ਹਸਬੈਂਡ ਨੂੰ ਇਹਨਾਂ ਸਭ ਨੇ ਦਵਾਇਆ। ਨਵਦੀਪ ਸਿੰਘ ਨੂੰ ਇਨਸਾਫ ਦਵਾਉਣ ਲਈ ਕੀ ਕਦਮ ਚੁੱਕੋਗੇ ਤੁਸੀਂ? ਮੈਂ ਬਿਲਕੁਲ ਇਹੀ ਮੈਂ ਜਿਹੜੀ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗੀ ਕਿ ਜੇਕਰ ਇੱਦਾਂ ਪੁਲਿਸ ਨਾਲ ਧੱਕਾ ਹੁੰਦਾ ਰਿਹਾ, ਜਿਹੜੀ ਇਹ ਸਜ਼ਾ ਦਿੱਤੀ ਗਈ ਹੈ ਮੇਰੇ ਪਤੀ ਨੂੰ, ਇਹ ਸਿਰਫ ਇੱਕ ਔਰਤ ਦੀ ਰਾਖੀ ਕਰਨ ਦੇ ਜਿਹੜੇ ਹੈਗੇ ਨੇ ਇਹ ਉਹਦਾ ਰਿਜ਼ਲਟ ਹੈ, ਉਹਦੇ ਚ ਮਿਲੇ। ਕਿ ਇਸ ਬਾਰੇ ਤੁਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮਿਲੋਗੇ? ਬਿਲਕੁਲ ਜਾਊਂਗੀ ਜੀ, ਮੈਂ ਸੀਐਮ ਸਾਹਿਬ ਵੀ ਜਾਊਂਗੀ, ਕਿਉਂਕਿ ਕੁਝ ਜਿਹੜੇ ਪੋਲੀਟੀਸ਼ੀਅਨ ਇਹਦੇ ਵਿੱਚ ਆਏ ਨੇ ਨਾ, ਉਹਨਾਂ ਦੀ ਆਪਣੀ ਪਰਸਨਲ ਸੀਐਮ ਭਗਵੰਤ ਮਾਨ ਜੀ ਨਾਲ ਪਰਸਨਲ ਰੰਜਿਸ਼ ਬੜੇ ਸਾਲਾਂ ਤੋਂ ਚੱਲ ਰਹੀ ਹੈ, ਉਹਨਾਂ ਨੇ ਮੇਰੇ ਪਤੀ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਸਿੱਧੀ ਉੱਧਰ ਨੂੰ ਚਲਾ ਦਿੱਤੀ। ਹਾਂਜੀ, ਉਹਦੇ 'ਚ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਇਹ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਨੇ, ਠੀਕ ਹੈ, ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਤੋਂ ਬਾਅਦ ਉਹ ਥਾਣੇ ਦੇ ਅੰਦਰ ਜਾਂ ਥਾਣੇ ਦੇ ਬਾਹਰ ਕਿਸੇ ਵੀ ਮਹਿਲਾ ਕਰਮਚਾਰੀ ਦੀ ਜਾਂ ਕਿਸੇ ਹੋਰ ਔਰਤ ਦੀ ਰੱਖਿਆ ਇੱਜ਼ਤ ਦੀ ਰੱਖਿਆ ਜਿਹੜੀ ਉਹ ਨਾ ਕਰਨ, ਨਹੀਂ ਤਾਂ ਉਹਨਾਂ ਦੇ ਪਰਿਵਾਰਾਂ ਦਾ ਵੀ ਜਿਹੜਾ ਹਾਲ ਅੱਜ ਮੇਰੇ ਪਰਿਵਾਰ ਦਾ ਹੋਇਆ ਉਹੀ ਹੋਊਗਾ। ਮੈਡਮ ਨਵਦੀਪ ਜੀ ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਹਸਬੈਂਡ ਨੇ ਜੀ, ਅੱਜ